ਦੇ ਵਿੱਚ ਓਵਰਟੇਕ ਕਰਨ ਦੌਰਾਨ ਟਰੱਕ ਦੀ ਸਾਈਡ ਵੱਜਣ ਦੇ ਨਾਲ ਕਾਰ ਗੰਦੇ ਨਾਲੇ ਵਿੱਚ ਡਿੱਗੀ। ਜਾਣਕਾਰੀ ਦੇ ਅਨੁਸਾਰ ਗੱਡੀ ਫਗਵਾੜਾ ਦੇ ਵੱਲੋਂ ਆ ਰਹੀ ਸੀ ਅਤੇ ਥਾਰ ਨੂੰ ਓਵਰਟੇਕ ਕਰ ਰਹੀ ਸੀ। ਇਸ ਦੌਰਾਨ ਟਰੱਕ ਦੀ ਸਾਈਡ ਲੱਗ ਗਈ ਜਿਸ ਵਜ੍ਹਾ ਦੇ ਨਾਲ ਕਾਰ ਨਾਲੇ ਵਿੱਚ ਡਿੱਗੀ। ਦੱਸ ਦਈਏ ਕਿ ਕਾਰ ਦੇ ਵਿੱਚ ਦੋ ਲੋਕ ਸਵਾਰ ਸੀ ਜਿਨ੍ਹਾਂ ਨੂੰ ਫਸਟ ਏਡ ਦੇ ਕੇ ਹਸਪਤਾਲ ਪਹੁੰਚਾਇਆ ਗਿਆ। मौके ते पुलिस भी पहुंची अते उना दे वलो इस सारी घटना दी जांच कीती जा रही है। सर सवेरे कोई 8 दा टाइम सीगा 8 सवा दा उनो गड्डी जेड़ी है फगवाड़ा साइड तो आ रही सी। कार है ये कार जेड़ी है ओ टेक कर लगी है ते ट्रक दी साइड ओ लगी है ओदे कारणे गड्डी जेड़ी गंदे नाल जेड़ी है। ते किन्ने व्यक्ति एदे विच सवार सी? दो सवार सीगे ओरा नु कड के फस चड़ दित्ती है हस्पताल दा डॉक्टर आ गया। गड्डी जेड़ी है नाल विच काफी ज्यादा नुकसान है। ਵਿਅਕਤੀ ਕਿੱਥੋਂ ਦੇ ਸੀਗੇ ਪਤਾ ਲੱਗਾ? ਸਰ ਇਹ ਪਤਾ ਲੱਗਾ ਫੜਾ ਉਸ ਨੂੰ ਮਤਲਬ ਬਹੁਤ ਸੀਗੇ ਫੜਾ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਗੱਡੀਆਂ ਜਿਹੜੀਆਂ ਤੇਜ਼ ਰਫ਼ਤਾਰ ਨਾਲ ਆਉਂਦੀਆਂ ਆ ਓਵਰਟੇਕ ਕਰਦੇ ਨੇ ਲੋਕ ਤੇ ਉਹਨਾਂ ਦਾ ਹਾਦਸਿਆਂ ਦਾ ਕਾਰਨ ਬੰਦੇ ਆ, ਇਹ ਇੱਕ ਹੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਲੋਕਾਂ ਨੂੰ? ਸਰ ਬਾਰ-ਬਾਰ ਇਹੋ ਮੈਸੇਜ ਦਿੰਦੇ ਆਂ ਇਹਨਾਂ ਨੂੰ, ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਕਿ ਗੱਡੀ ਓਵਰਲੋਡ ਨਾ ਚਲਾਓ, ਨਾ ਤੇਜ਼ ਚਲਾਓ, ਗੱਡੀ ਓਵਰਟੇਕ ਨਾ ਕਰੋ, ਜਿਹੜੀ ਆ ਸਲੋ ਚਲਾਓ ਗੱਡੀ। ਇਹ ਤਾਂ ਦਿੱਤੀ ਜਾਂਦੀ ਹੈ ਪਰ ਗੱਡੀ ਓਵਰਟੇਕ ਕਰਨ ਨਾਲ ਗੱਡੀ ਜ਼ਿਆਦਾ ਐਕਸੀਡੈਂਟ ਹੁੰਦਾ ਜੀ, ਇਸ ਕਰਕੇ ਹਾਦਸਿਆਂ ਦਾ ਕਾਰਨ ਬਣਦਾ। ਬਾਕੀ ਇੱਥੇ ਮਨਜੀਤ ਸਿੰਘ ਲੋਕਲੈਂਡ ਵਾਲੇ ਜਿਹੜੇ ਉਹਨਾਂ ਨੂੰ ਜਦੋਂ ਵੀ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ ਜੇ ਸੀ ਵੀ ਭੇਜਦੇ ਤਾਂ ਹੁਣ ਵੀ ਉਹਨਾਂ ਦੀਆਂ ਜੇ ਸੀ ਪੀਆਂ ਦੋਵੇਂ ਆ ਗਏ ਨੇ, ਉਹਦੀ ਮਦਦ ਨਾਲ ਆਪਾਂ ਇਹਨਾਂ ਨੂੰ ਕੱਢ ਰਹੇ ਹਾਂ ਜੀ ਨਾਲੀ ਤੋਂ ਬਾਹਰ। ਉਹਦਾ ਕਾਫੀ ਸਹਿਯੋਗ ਹੈ ਮਨਜੀਤ ਸਿੰਘ ਦੇ ਲੋਕਲੈਂਡ ਦਾ। फगवाड़ा दे विच ओवरटेक करन दौरान ट्रक दी साइड वज्जण दे नाल कार गंदे नाले विच डिग्गी। जानकारी दे अनुसार गड्डी फगवाड़ा दे वल्लों आ रही सी अते थार नूं ओवरटेक कर रही सी। इस दौरान ट्रक दी साइड लग गई जिस वजह दे नाल कार नाले विच डिग्गी। दस दईए कि कार दे विच दो लोग सवार सी जिन्हां नूं फर्स्ट एड दे के हस्पताल पहुंचाया गया। मौके ते पुलिस भी पहुंची अते उन्हां दे वल्लों इस सारी घटना दी जांच कीती जा रही है। सर सवेरे कोई 8 ਦਾ ਟਾਈਮ ਸੀਗਾ 8 ਸਵਾ ਦਾ ਉਹਨੂੰ ਗੱਡੀ ਜਿਹੜੀ ਹੈ ਫਗਵਾੜਾ ਸਾਈਡ ਤੋਂ ਆ ਰਹੀ ਸੀ। ਕਾਰ ਹੈ ਜੀ ਕਾਰ ਜਿਹੜੀ ਹੈ ਓਵਰਟੇਕ ਕਰਨ ਲੱਗੀ ਹੈ ਤੇ ਟਰੱਕ ਦੀ ਸਾਈਡ ਉਹ ਲੱਗੀ ਹੈ, ਉਹਦੇ ਕਾਰਨੇ ਗੱਡੀ ਜਿਹੜੀ ਗੰਦੇ ਨਾਲ ਜੇ ਡਿੱਗੀ ਹੈ। ਤੇ ਕਿੰਨੇ ਵਿਅਕਤੀ ਇਹਦੇ ਵਿੱਚ ਸਵਾਰ ਸੀ? ਦੋ ਸਵਾਰ ਸੀਗੇ, ਉਹਨਾਂ ਨੂੰ ਕੱਢ ਕੇ ਫਸ ਚੜ ਦਿੱਤੀ ਹੈ ਹਸਪਤਾਲ ਦਾ ਡਾਕਟਰ ਆ ਗਿਆ। ਗੱਡੀ ਜਿਹੜੀ ਹੈ ਨਾਲ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਈ। ਵਿਅਕਤੀ ਕਿੱਥੋਂ ਦੇ ਸੀਗੇ ਪਤਾ ਲੱਗਾ? ਸਰ ਇਹ ਪਤਾ ਲੱਗਾ ਫੜਾ ਉਸ ਨੂੰ ਮਤਲਬ ਬਹੁਤ ਸੀਗੇ ਫੜਾ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਗੱਡੀਆਂ ਜਿਹੜੀਆਂ ਤੇਜ਼ ਰਫ਼ਤਾਰ ਨਾਲ ਆਉਂਦੀਆਂ ਆ ਓਵਰਟੇਕ ਕਰਦੇ ਨੇ ਲੋਕ ਤੇ ਉਹਨਾਂ ਦਾ ਹਾਦਸਿਆਂ ਦਾ ਕਾਰਨ ਬੰਦੇ ਆ, ਇਹ ਇੱਕ ਹੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਲੋਕਾਂ ਨੂੰ? ਸਰ ਬਾਰ-ਬਾਰ ਇਹੋ ਮੈਸੇਜ ਦਿੰਦੇ ਆ ਇਹਨਾਂ ਨੂੰ, ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਕਿ ਗੱਡੀ ਓਵਰਲੋਡ ਨਾ ਚਲਾਓ, ਨਾ ਤੇਜ਼ ਚਲਾਓ, ਗੱਡੀ ਓਵਰਟੇਕ ਨਾ ਕਰੋ, ਜਿਹੜੀ ਆ ਸਲੋ ਚਲਾਓ ਗੱਡੀ। ਇਹ ਤਾਂ ਦਿੱਤੀ ਜਾਂਦੀ ਹੈ ਪਰ ਗੱਡੀ ਓਵਰਟੇਕ ਕਰਨ ਨਾਲ ਗੱਡੀ ਜ਼ਿਆਦਾ ਐਕਸੀਡੈਂਟ ਹੁੰਦਾ ਜੀ, ਇਸ ਕਰਕੇ ਹਾਦਸਿਆਂ ਦਾ ਕਾਰਨ ਬਣਦਾ। ਬਾਕੀ ਇੱਥੇ ਮਨਜੀਤ ਸਿੰਘ ਲੋਕਲੈਂਡ ਵਾਲੇ ਜਿਹੜੇ ਉਹਨਾਂ ਨੂੰ ਜਦੋਂ ਵੀ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ ਜੇ ਸੀ ਵੀ ਭੇਜਦੇ ਤਾਂ ਹੁਣ ਵੀ ਉਹਨਾਂ ਦੀਆਂ ਜੇ ਸੀ ਪੀਆਂ ਦੋਵੇਂ ਆ ਗਏ ਨੇ, ਉਹਦੀ ਮਦਦ ਨਾਲ ਆਪਾਂ ਇਹਨਾਂ ਨੂੰ ਕੱਢ ਰਹੇ ਹਾਂ ਜੀ ਨਾਲੀ ਤੋਂ ਬਾਹਰ। ਉਹਦਾ ਕਾਫੀ ਸਹਿਯੋਗ ਹੈ ਮਨਜੀਤ ਸਿੰਘ ਲੋਕਲੈਂਡ ਦਾ। ਦੈਨਿਕ ਸਵੇਰਾ ਲਈ ਫਗਵਾੜਾ ਤੋਂ ਵਿਨੇਸ਼ ਸ਼ਰਮਾ ਦੀ ਰਿਪੋਰਟ।